ਆਖਿਰ ਕਿਉਂ ਐਸੇ ਹਾਲਾਤ ਪੈਦਾ ਹੋਏ ਤੇ ਆਖਿਰ ਉਹ ਕੌਣ ਲੋਕ ਨੇ ਜਿਨ੍ਹਾਂ ਨੇ ਇਹ ਕਿਤਾਬ ਛਾਪੀ ਸਿੱਖ ਇਤਿਹਾਸ ਦੇ ਬੈਨਰ ਹੇਠ। ਬਲਦੇਵ ਸਿੰਘ ਸਿਰਸਾ ਸਾਡੇ ਨਾਲ, ਸਿਰਸਾ ਸਾਹਿਬ ਤੁਸੀਂ ਪਹਿਲਾਂ ਵੀ ਇੱਕ ਵਾਰੀ ਮੈਨੂੰ ਯਾਦ ਹੈ ਕਿ ਇਹ ਮਸਲਾ ਚੁੱਕਿਆ ਸੀ ਕਿ ਸਿੱਖ ਗੁਰੂਆਂ ਦੇ ਬਾਰੇ ਐਸੇ ਸ਼ਬਦ ਲਿਖੇ ਗਏ ਨੇ ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਔਖਾ ਹੈ। ਆਖਿਰ ਇਹ ਮਸਲਾ ਕਿੱਥੋਂ ਉੱਠਿਆ? ਹਾਲਾਂਕਿ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ, ਪਰ ਇਹ ਕਿਤਾਬ ਕਿਸਨੇ ਛਾਪੀ ਹੈ, ਕੀ ਇਹ ਕਿਤਾਬ ਹੈ ਤੇ ਆਖਿਰ ਏਜੰਡਾ ਕੀ ਨਜ਼ਰ ਆਉਂਦਾ? ਦੇਖੋ, ਇਹ ਕਿਤਾਬ 1999 'ਚ ਜਦੋਂ ਬੀਬੀ ਜਗੀਰ ਕੌਰ ਪ੍ਰਧਾਨ ਸੀ, ਜਿਹੜੇ ਅੱਜ ਬਹੁਤ ਰੌਲਾ ਇੱਕ ਦੂਸਰੇ ਦੇ ਖਿਲਾਫ਼ ਪਾ ਰਹੇ ਨੇ, ਬੀਬੀ ਜਗੀਰ ਕੌਰ ਵੀ ਬੋਲ ਰਹੀ ਆ, ਉਹ ਸੁਖਬੀਰ ਸਿੰਘ ਬਾਦਲ ਵੀ ਬੋਲ ਰਿਹਾ, ਇਹ ਸਾਰੇ ਇੱਕ ਦੂਸਰੇ ਦੇ ਖਿਲਾਫ਼ ਬੋਲ ਰਹੇ, ਪਰ ਮੈਂ ਇਹ ਗੱਲ ਕਹਾਂਗਾ ਵੀ ਆਹ ਜਿਹੜੀ ਕਿਤਾਬ ਹੈ, ਇੱਕੋ ਗੱਲ ਦੱਸ ਦਿਓ ਵੀ ਤੁਸੀਂ ਕਹਿੰਦੇ ਹੋ ਵੀ ਫਲਾਣੇ ਨੇ ਮਾਫ਼ੀ ਨਹੀਂ ਦਿੱਤੀ, ਪ੍ਰਾਣ ਦਿੱਤੀ, ਆਹ ਜਿਹੜੀ ਕਿਤਾਬ ਹੈ ਇਹ ਕਿਹੜਾ ਪ੍ਰਸ਼ਨ ਹੈ, ਇਹ ਕਿਹੜੇ ਪ੍ਰਸ਼ਨ ਦੇ ਰਾਹੀਂ ਇਹ ਕਿਤਾਬ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 1999 'ਚ ਬੀਬੀ ਜਗੀਰ ਕੌਰ ਜੀ ਤੁਸੀਂ ਦੱਸ ਦਿਓ ਜਾਂ ਸੁਖਬੀਰ ਜੀ ਤੁਸੀਂ ਦੱਸ ਦਿਓ ਵੀ ਇਹ ਕਿਤਾਬ ਛਪਾਉਣ ਦਾ ਸ਼੍ਰੋਮਣੀ ਕਮੇਟੀ ਦਾ ਕੀ ਮੰਤਵ ਸੀ, ਕੀ ਆਉਣ ਵਾਲੀਆਂ ਨਸਲਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਗੁਰੂਆਂ ਦਾ ਜੀਵਨ ਇਸ ਤਰ੍ਹਾਂ ਦਾ ਸੀ। ਫਿਰ ਅੱਜ ਤੱਕ ਇਹ ਕਿਤਾਬ ਮੇਰੇ ਕੋਲ 2007 ਤੋਂ ਆਈ ਆ ਅਤੇ ਅੱਜ ਤੱਕ ਤੁਸੀਂ ਦੋਸ਼ੀ ਜਿਹੜੇ ਉਹ ਸਾਹਮਣੇ ਕਿਉਂ ਨਹੀਂ ਲੈਂਦੇ? ਮਤਾ ਨੰਬਰ 558 ਰਾਹੀਂ ਇਹ ਕਿਤਾਬ ਸ਼੍ਰੋਮਣੀ ਕਮੇਟੀ ਨੇ ਪਬਲਿਸ਼ ਕੀਤੀ ਆ ਅਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਕਿੰਨੀ ਵਾਰ ਰਹੀ ਆ, ਇਹਨੇ ਅੱਜ ਤੱਕ ਕਿਉਂ ਨਹੀਂ ਉਠਾਈ, ਅੱਜ ਤੱਕ ਵੀ ਅੱਜ ਵੀ ਕਿਉਂ ਨਹੀਂ ਇਹ ਗੱਲ ਕਰ ਰਹੇ? ਸੋ ਇਹ ਇਸ ਕਰਕੇ ਅੱਜ ਜਿਹੜਾ ਭਗਦਾ ਮਸਲਾ ਅਸੀਂ ਜਥੇਦਾਰਾਂ ਨੂੰ ਇੱਕ ਪੱਤਰ ਦੇ ਕੇ ਆਏ ਹਾਂ ਵੀ ਜੇ ਤੁਸੀਂ ਹੁਣ ਕੋਈ ਮੰਡਾ ਮੰਡਾ ਪਾ ਕੇ ਅਤੇ ਗੁੰਗਲਿਆਂ ਤੋਂ ਮਿੱਟੀ ਝਾੜਤੀ ਤਾਂ ਕੰਮ ਖਰਾਬ ਹੋਏਗਾ। ਤੁਹਾਨੂੰ ਕੀ ਲੱਗਦਾ ਕਿ ਇਸ ਕਿਤਾਬ ਦੇ ਲਈ ਜ਼ਿੰਮੇਵਾਰ ਕੌਣ ਹੈ? ਤੁਸੀਂ ਬੀਬੀ ਜਗੀਰ ਕੌਰ ਦਾ ਨਾਂ ਲੈ ਰਹੇ ਹਾਂ, ਤਾਂ ਇਹ ਕਿਤਾਬ ਨੂੰ ਛਾਪਣ ਦੀ ਜ਼ਿੰਮੇਵਾਰੀ ਕਿਸ ਦੀ ਸੀ ਔਰ ਆਖਰੀ ਕਿਤਾਬ ਤੇ ਨਾਮ ਕਿਸ ਦਾ, ਕਿਹੜੇ ਸਨ 'ਚ ਛਪਦੀ ਹੈ ਔਰ ਇਹ ਪੂਰੀ ਕਹਾਣੀ ਸ਼ੁਰੂ ਕਿਵੇਂ ਹੁੰਦੀ ਹੈ? ਦੇਖੋ, ਇਹ ਕਿਤਾਬ ਜਿਹੜੀ ਆ, ਮੈਂ ਤੁਹਾਨੂੰ ਅੱਗੇ ਮੀਟਿੰਗ ਦੇ ਵਿੱਚ ਦੱਸ ਚੁੱਕਾ ਕਿ RSS ਵਾਲਿਆਂ ਨੇ ਇੱਕ ਮੀਟਿੰਗ ਕੀਤੀ ਹੈ, ਉਸ ਮੀਟਿੰਗ ਦੇ ਵਿੱਚ ਉਹਨਾਂ ਨੇ ਇਹ ਕਿਤਾਬ ਜਿਹੜੀ ਆ ਖਰੜਾ ਤਿਆਰ ਕੀਤਾ ਔਰ ਇਹ ਖਰੜਾ ਤਿਆਰ ਹੋਣ ਤੋਂ ਬਾਅਦ ਇਹ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਆਉਂਦਾ। ਇਹਦੇ ਵਿੱਚ ਇੱਕ ਦੋਸ਼ੀ ਨੀਗਾ, ਪਹਿਲਾਂ ਤਾਂ ਸੀ ਇਕੱਲਾ ਪ੍ਰਕਾਸ਼ ਸਿੰਘ ਬਾਦਲ ਤੱਕ, RSS ਅਤੇ ਪ੍ਰਕਾਸ਼ ਸਿੰਘ ਬਾਦਲ। ਜਦੋਂ ਇਹ ਕਿਤਾਬ ਛਪ ਗਈ 2007 'ਚ ਮੇਰੇ ਕੋਲ ਆਉਂਦੀ ਹੈ ਅਤੇ ਅਸੀਂ ਇਹ ਕਰ ਦਿੰਦੇ ਹਾਂ ਗੁਰਦੁਆਰਾ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ, ਉਸ ਤੋਂ ਬਾਅਦ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਜਿਨ੍ਹਾਂ ਨੇ ਅੱਜ ਤੱਕ ਪਤਾ ਲੱਗਣ ਤੋਂ ਬਾਅਦ ਜਿਹੜੇ ਵੀ ਉੱਥੇ ਪ੍ਰਧਾਨ ਰਹੇ, ਜਥੇਦਾਰ ਅਕਾਲ ਤਖ਼ਤ ਰਹੇ, ਜਿਹੜੇ ਸਕੱਤਰ ਰਹੇ ਸ਼੍ਰੋਮਣੀ ਕਮੇਟੀ ਦੇ, ਜਿਹੜੇ ਅਹੁਦੰਦ ਰਹੇ, ਜਿਹੜੇ ਮੈਂਬਰ SGPC ਰਹੇ, ਇਹ ਸਾਰੇ ਦੇ ਸਾਰੇ ਜ਼ਿੰਮੇਵਾਰ ਨੇ, ਕਿਉਂਕਿ ਅੱਜ ਤੱਕ ਕਿਸੇ ਮੈਂਬਰ ਨੇ, ਕਿਸੇ ਪ੍ਰਧਾਨ ਨੇ, ਕਿਸੇ ਸਕੱਤਰ ਨੇ ਜ਼ਿੰਮੇਵਾਰੀ ਉਠਾਈ ਅਤੇ ਇਹ ਛਪੀ ਜਿਹੜੀ ਕਿਤਾਬ ਹੈ ਆ ਜਿਹੜੀ ਬੀਬੀ ਜਗੀਰ ਕੌਰ ਅੱਜ ਬਹੁਤ ਬੋਲ ਰਹੀ ਹੈ ਉਹਦੇ ਟਾਈਮ 'ਤੇ ਕਿਤਾਬ ਛਪੀ ਹੈ। ਸੋ ਸਾਰੇ ਜਦੋਂ ਤੁਸੀਂ 2007 ਦੇ ਵਿੱਚ ਕੋਰਟ ਦਾ ਦਰਵਾਜ਼ਾ ਖੜਕਾਇਆ, ਕੋਰਟ ਦੇ ਵਿੱਚ ਕਿੰਨੀ ਦੇਰ ਇਹ ਮੁਕੱਦਮਾ ਚੱਲਦਾ ਔਰ ਕੋਰਟ ਦੇ ਵਿੱਚ ਕਿਸ ਤਰ੍ਹਾਂ ਦੇ ਤੱਥ ਸਾਹਮਣੇ ਆਉਂਦੇ ਨੇ ਔਰ ਉਹਨਾਂ ਤੱਥਾਂ 'ਤੇ SGPC ਦਾ ਕੀ ਪੱਖ ਸੀ, ਕੀ ਉਹਨਾਂ ਨੇ ਮੰਨਿਆ ਕਿ ਕਿਤਾਬ ਉਹਨਾਂ ਨੇ ਛਾਪੀ ਹੈ ਔਰ ਜੇ ਛਾਪੀ ਆ ਤਾਂ ਉਸ ਤੋਂ ਬਾਅਦ ਫੈਸਲਾ ਕੀ ਆਉਂਦਾ? ਉਹਨਾਂ ਨੇ ਤਾਂ ਇਹ ਮੰਨਿਆ ਸੀ, ਉਹ ਕਹਿੰਦੇ ਨੇ ਮੇਰੇ ਕੋਲ ਸਾਰੀਆਂ ਉਹਦੀਆਂ ਸਬੂਤ ਨੇ ਸਾਰੇ, ਉਹ ਕਹਿੰਦੇ ਜੀ ਇਹ ਕਨਿੰਗਮ ਦੇ ਲਿਖੀ ਹੋਈ ਕਿਤਾਬ ਹੈ, ਅਸੀਂ ਮਾੜਾ ਕੀ ਕੀਤਾ? ਉਹ ਕਹਿੰਦੇ ਅਸੀਂ ਮਾੜਾ ਕੀ ਕੀਤਾ ਹੈ, ਅਸੀਂ ਹਿੰਦੀ 'ਚ ਇਹਦਾ ਅਨੁਵਾਦ ਕਰਕੇ ਦਿਖਾਤਾ, ਜਦੋਂ ਕਿ ਇਸ ਕਿਤਾਬ ਦੇ ਉੱਤੇ ਨਾ ਤਾਂ ਕਿਸੇ ਰਾਈਟਰ ਦਾ ਨਾਂ ਹੈ ਵੀ ਲਿਖੀ ਕਿਹਦੀ ਹੈ, ਨਾ ਅਨੁਵਾਦਕ ਦਾ ਨਾਂ ਹੈ, ਕੋਈ ਵੀ ਤੁਹਾਨੂੰ ਇਹਦੇ 'ਤੇ ਜਿਹੜਾ ਇਹ ਚੀਜ਼ ਜਿਹੜੀ ਆ ਇਹ ਨਹੀਂ ਮਿਲੇਗੀ। ਸੋ ਇਹ ਕਿਤਾਬ ਇਹਨਾਂ ਨੇ ਜਿਹੜੀ ਆ ਕਿਉਂ ਛਪਾਈ ਆ, ਇਹਦਾ ਅਜੇ ਤੱਕ ਉਹ ਪਰਦਾਫਾਸ਼ ਜਿਹੜਾ ਇਹ ਨਹੀਂ ਕਰ ਸਕੇ। ਆਹ ਡਾਨ ਪ੍ਰੈਸ ਹੈ ਅੰਮ੍ਰਿਤਸਰ ਤੋਂ ਜਿੱਥੇ ਛਪੀ, ਔਰ 67,500 ਰੁਪਏ ਬਿੱਲ ਜਿਹੜਾ ਉਸ ਟਾਈਮ ਦੇ ਉੱਤੇ 1999 'ਚ ਸ਼੍ਰੋਮਣੀ ਕਮੇਟੀ ਵੱਲੋਂ ਗਿਆ।
ਅੱਛਾ, ਇਹ ਕਾਪੀਆਂ ਦੀਆਂ ਕਿੰਨੀਆਂ ਛਪੀਆਂ ਉਸ ਵੇਲੇ, ਔਰ ਉਹ ਕਾਪੀਆਂ ਕਿੱਥੇ ਨੇ? ਇੱਕ ਤੁਹਾਡੇ ਹੱਥ ਦੇ ਵਿੱਚ ਕੁੱਲ ਕਿੰਨੀਆਂ ਕਾਪੀਆਂ ਛਪੀਆਂ ਸੀ ਤੇ ਬਾਕੀ ਕਾਪੀਆਂ ਉਸ ਵੇਲੇ ਕਿੱਥੇ ਨੇ, ਤੇ SGPC ਉਸ ਨੂੰ ਲੈ ਕੇ ਦਾਵਾ ਕੀ ਕਰਦੀ ਹੈ? ਮਤਾ ਪਿਆ ਸੀ ਇਸ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਇਤਿਹਾਸਕ ਬਣਾਉਣ ਵਾਸਤੇ 300 ਰਾਈਟਰਾਂ ਦੀਆਂ ਜਿਹੜੀਆਂ ਕਿਤਾਬਾਂ ਛਪਾਈਆਂ ਜਾਣਗੀਆਂ, ਤੇ ਹਰ ਕਿਤਾਬ ਦੀਆਂ 300 ਕਾਪੀਆਂ ਹੋਣਗੀਆਂ। ਮਤਾ 300 ਦਾ, ਕਿਤਾਬਾਂ ਛਪੀਆਂ 8, ਜਿਹ 'ਚ 7 ਹੋਰ ਤੇ 8ਵੀਂ ਏ, ਤੇ ਇਹਦੀਆਂ 300 ਕਾਪੀਆਂ ਜਿਹੜੀਆਂ ਛਪੀਆਂ ਸੀ। ਜਦੋਂ ਮੈਂ RTA 'ਚ ਉਹਨਾਂ ਕੋਲੋਂ ਜਾਣਕਾਰੀ ਲਈ ਵੀ ਦੱਸੋ ਤੁਹਾਡੇ ਕੋਲ ਕਿੰਨੀਆਂ ਨੇ, ਤੇ ਉਹਨਾਂ ਕੋਲ ਹੈਗੀਆਂ ਨੇ ਕੇਵਲ 5 ਕਿਤਾਬਾਂ, ਤੇ 295 ਕਿਤਾਬਾਂ ਬਾਹਰ ਨੇ, ਇੱਕ ਆ ਮੇਰੇ ਕੋਲ ਆ, ਤੇ 294 ਤੇ ਅਜੇ ਵੀ ਜਿਹੜੀਆਂ ਨੇ ਉਹ ਬਾਹਰ। ਅੱਛਾ, ਮੈਂ ਹਾਲਾਂਕਿ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਨੇ, ਸ਼ਾਇਦ ਕੋਈ ਵੀ ਸਿੱਖ ਜਿਹੜਾ ਹੈਗਾ ਉਹ ਸੁਣਨਾ ਨਹੀਂ ਚਾਹੇਗਾ, ਪਰ ਮੁੱਖ ਤੌਰ ਤੇ ਕਿਹੜੀਆਂ ਚੀਜ਼ਾਂ ਤੇ ਤੁਹਾਨੂੰ ਲੱਗਾ ਕਿ ਇਹ ਸ਼ਬਦ ਜਿਹੜੇ ਇਹਦੇ ਵਿੱਚ ਦਰਜ ਨੇ ਉਹਨਾਂ ਦਾ ਸਿੱਖ ਧਰਮ ਨੂੰ ਵੱਡੀ ਢਾਹ ਲੱਗ ਸਕਦੀ ਹੈ? ਦੇਖੋ, ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਆ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਪਾਤਸ਼ਾਹ, ਤੇ ਗੁਰੂ ਨਾਨਕ ਪਾਤਸ਼ਾਹ ਨੂੰ ਇਹ ਗੱਲ ਕਹੀ ਜਾਵੇ ਕਿ ਨਾਨਕਾ ਗੁਰੂ ਇੱਕ ਮੁਸਲਮਾਨ ਥਾ, ਨਾਨਕ ਮੁਗਲੋਂ ਕੋ ਭਾਰਤ ਮੇਂ ਲਾਇਆ ਥਾ, ਨਾਨਕ ਮਰ ਗਿਆ, ਅੰਗਦ ਆ ਗਿਆ, ਅਰਜਨ ਨੇ ਆਤਮ ਹੱਤਿਆ ਕਰੀ ਥੀ, ਅਰਜਨ ਕੇ ਮਰਨੇ ਕੇ ਬਾਅਦ ਹਰਗੋਬਿੰਦ ਕਾ ਦਿਮਾਗੀ ਸੰਤੁਲਨ ਖੋ ਗਿਆ ਥਾ, ਹਰਗੋਬਿੰਦ ਬਹੁਤ ਡਰਪੋਕ ਆਦਮੀ ਥਾ, ਸੋਤੇ ਸਮੇਂ ਮੌਤ ਕੇ ਵੈਸੇ 60 ਬੰਦੂਕਧਾਰੀ ਪਹਿਰੇ ਪਰ ਖੜੇ ਰੱਖਦਾ ਥਾ। ਅੱਗੇ ਜੋ ਲਿਖਿਆ ਉਹ ਮੈਂ ਨਹੀਂ ਬੋਲ ਸਕਦਾ, ਆਹ ਵੀ ਮੈਂ ਕਰੜੇ ਮੰਡਾ ਬੋਲਿਆ, ਅੱਗੇ ਇਦੋਂ ਮਾੜੇ ਸ਼ਬਦ ਲਿਖੇ ਨੇ ਇਸ ਕਿਤਾਬ ਦੇ ਵਿੱਚ, ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪੁੱਤਰਾਂ ਦੇ ਵਿਯੋਗ ਵਿੱਚ ਆਤਮ ਹੱਤਿਆ ਕਰਨ ਵਾਲਾ ਦੱਸ ਕੇ ਕਿਤਾਬ ਜਿਹੜੀ ਆ ਇਹ ਪਬਲਿਸ਼ ਹੋਈ ਆ, ਇਦੋਂ ਵੱਧ ਹੋਰ ਮਾੜਾ ਕੀ ਹੋਣਾ ਹੈ? ਅੱਛਾ, ਸਿੱਖ ਸਾਹਿਬ, ਇੱਕ ਵੱਡਾ ਸਵਾਲ ਇਹ ਆਉਂਦਾ ਕਿ ਜਦੋਂ ਇੱਦਾਂ ਦੀ ਕਿਤਾਬਾਂ, ਇਹ ਕਿੰਨੀ ਪੁਰਾਣੀ ਕਿਤਾਬ ਹੈ, ਤਾਂ ਜਦੋਂ ਕੋਈ ਵੀ ਪੁਰਾਣੀ ਕਿਤਾਬ ਕਿਸੇ ਦੇ ਵੀ ਹੱਥ ਆਉਂਦੀ ਹੈ, ਜਦੋਂ ਤੁਸੀਂ ਪੜ੍ਹਦੇ ਹੋ ਤਾਂ ਬੰਦਾ ਹਵਾਲਾ ਦਿੰਦਾ ਕਿ ਯਾਰ ਫਲਾਨੀ ਕਿਤਾਬ ਔਰ ਐਡੀ ਪੁਰਾਣੀ ਕਿਤਾਬ ਹੈ, ਇਹ 'ਚ ਗਲਤ ਨਹੀਂ ਲਿਖਿਆ, ਲੋਕ ਇੱਦਾਂ ਦਾ ਹਵਾਲਾ ਦਿੰਦੇ ਆ, ਤਾਂ ਉਸ ਚੀਜ਼ ਤੋਂ ਬਚਣ ਦੇ ਲਈ ਕੋਈ ਕਦਮ ਬਾਅਦ ਚੱਕਿਆ ਗਿਆ ਤੁਹਾਡੀ ਜਥੇਦਾਰ ਸਾਹਿਬ ਨਾਲ ਜਾਂ ਕਿਸੇ ਸਿੱਖ ਦੀ ਸਿੱਖ ਧਰਮ ਦੀ ਵੱਡੀ ਸ਼ਖਸੀਅਤ ਦੇ ਨਾਲ ਕੋਈ ਗੱਲਬਾਤ ਹੋਈ ਕਿ ਜੇ ਇਹ ਇਸ ਤਰ੍ਹਾਂ ਦਾ ਇਤਿਹਾਸ ਬਣਾ ਕੇ ਪੇਸ਼ ਕੀਤਾ ਗਿਆ ਤਾਂ ਆਉਣ ਵਾਲੀਆਂ ਨਸਲਾਂ ਨੂੰ ਇਸ ਇਤਿਹਾਸ ਤੋਂ ਬਚਾਉਣਾ ਕਿਵੇਂ ਹੈ, ਕਿ ਝੂਠ ਹੈ ਇਸ 'ਤੇ ਕਿਉਂ ਨਾ ਯਕੀਨ ਕਰਨ, ਕਿਵੇਂ ਲੋਕਾਂ ਨੂੰ ਇਹਦਾ ਯਕੀਨ ਦਵਾਇਆ ਜਾਵੇਗਾ? ਮੈਂ ਇਸੇ ਕਰਕੇ ਹੁਣ ਤੱਕ ਦਵਾਈ ਦਿੰਦਾ ਆ ਰਿਹਾ, ਕਿਉਂਕਿ ਇਸ ਕਿਤਾਬ ਦੇ ਸੰਬੰਧ ਵਿੱਚ ਉਹਨਾਂ ਉਹ ਕਹਿੰਦੇ ਜੀ ਅਸੀਂ ਵਾਪਸ ਲੈ ਲਈਆ, ਹੁਣ ਵਾਪਸ ਲੈਣਾ ਆਹ ਕਿਤਾਬ ਫਿਰ ਕਿੱਥੇ ਤੁਹਾਡੇ ਕੋਲ? ਜੇ ਤੁਸੀਂ ਵਾਪਸ ਲੈ ਲਈਆਂ ਨੇ ਤੇ ਮੇਰੇ ਕੋਲ ਇਹ ਕਿਤਾਬ ਜਿਹੜੀ ਆ ਇਹ ਕਿਵੇਂ ਆ? ਜਿਹੜੀਆਂ ਤੁਹਾਡੇ ਕੋਲ ਤੇ ਤੁਸੀਂ ਕਿਤਾਬਾਂ ਛਪਾਈਆਂ 300 ਤੇ ਕਿਤਾਬਾਂ ਨੇ ਤੁਹਾਡੇ ਕੋਲ 5, ਬਾਕੀ 295 ਕਿਤਾਬਾਂ ਜਿਹੜੀਆਂ ਉਹ ਕਿੱਥੇ ਨੇ? ਅਜੇ ਤੱਕ ਉਹਦਾ ਜਵਾਬ ਨਹੀਂ ਦੇ ਸਕੇ, ਨਾ ਹੀ ਕੋਈ ਉਹਨਾਂ ਨੇ ਕੀਤਾ, ਕਿਉਂਕਿ ਇਹਦੇ ਪਿੱਛੇ ਸਾਜਿਸ਼ ਹੀ ਬੜੀ ਵੱਡੀ ਆ ਜਿਹੜੀ ਮੈਂ ਤੁਹਾਨੂੰ ਮੀਟਿੰਗ 'ਚ ਦੱਸ ਚੁੱਕਾ। ਸਰ ਸਾਹਿਬ, ਅੱਗੇ ਤਾਂ ਕਿ ਕੌਮ ਨੂੰ ਜਾਗਰੂਕ ਕੀਤਾ ਜਾ ਸਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਜਾਗਰੂਕ ਕੀਤਾ ਜਾ ਸਕੇ, ਸਾਡੇ ਵਰਗਿਆਂ ਨੂੰ ਜਾਗਰੂਕ ਕੀਤਾ ਜਾ ਸਕੇ, ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਰਹਿਣਗੀਆਂ ਅਤੇ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ? ਤੁਹਾਨੂੰ ਕੀ ਲੱਗਦਾ ਕਿ ਬੇਸ਼ੱਕ ਤੁਸੀਂ ਆਪਦੇ ਲੈਵਲ 'ਤੇ ਲੱਗੇ ਹੋਏ, ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋਣ ਤਾਂ ਕਿ ਇਸ ਤੋਂ ਬਚਿਆ ਜਾ ਸਕੇ? ਸਭ ਤੋਂ ਪਹਿਲਾਂ ਸਾਨੂੰ ਇਕੱਠਿਆਂ ਹੁੰਦੀ ਲੋੜ ਹੈ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਬਦਲਾਵ ਹੈ ਇਹ ਲਿਆਉਣਾ ਚਾਹੀਦਾ, ਔਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਇਹ ਕਿਤਾਬਾਂ ਪਬਲਿਸ਼ ਕਰਾਈਆਂ ਨੇ ਉਹਨਾਂ ਨੂੰ ਲਿਆ ਕੇ ਕਟਹਿਰੇ 'ਚ ਖੜਿਆ ਕਰਨਾ ਚਾਹੀਦਾ, ਉਸ ਤੋਂ ਬਾਅਦ ਇਹਨਾਂ ਕਿਤਾਬਾਂ ਦੇ ਜਿਹੜੇ ਨੇ ਉਹ ਹਵਾਲੇ ਦੇਣੇ ਚਾਹੀਦੇ ਨੇ ਕਿ ਇਸ ਇਸ ਤਰ੍ਹਾਂ ਜਿਹੜੀ ਇਹ ਕਿਤਾਬ ਜਿਹੜੀ ਆ ਇਹ ਛਪੀ ਆ, ਹੁਣ ਇਹ ਰਿਕਾਰਡ 'ਚੋਂ ਤਾਂ ਖਤਮ ਨਹੀਂ ਹੋ ਸਕਦੀ, ਇਹ ਕਿਤਾਬਾਂ ਜਿਹੜੀਆਂ 300 ਛਪਾਈਆਂ ਅਤੇ 295 ਕਿਤਾਬਾਂ ਤਾਂ ਅਜੇ ਵੀ ਬਾਹਰ ਨੇ 94, ਹੁਣ ਉਹਨਾਂ ਕਿਤਾਬਾਂ ਦੇ ਉੱਤੇ ਕੋਈ ਵੀ ਆਉਣ ਵਾਲੇ ਸਮੇਂ 'ਚ ਇਹ ਕਹੇਗਾ ਕਿ ਆਮ ਰਾਈਟਰ ਦੀ ਨਹੀਂ ਗੀ, ਜਿਹੜੀ ਤੁਸੀਂ ਸਵਾਲ ਕੀਤਾ ਵੀ ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਆ, ਕਿਤਾਬਾਂ ਦੇ ਹਵਾਲੇ ਦਿੱਤੇ ਜਾਂਦੇ ਆ ਆਮ ਰਾਈਟਰਾਂ ਦੇ ਕਿ ਫਲਾਣੇ ਨੇ ਆਹ ਲਿਖਿਆ, ਫਲਾਣੇ ਨੇ ਲਿਖਿਆ, ਉਹ ਕਿਤਾਬਾਂ 'ਚ ਲਿਖਿਆ ਜਾਂਦਾ, ਪਰ ਇਹਦਾ ਹਵਾਲਾ ਤਾਂ ਦੇਣਗੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਹ ਕਿਤਾਬ ਲਿਖੀ ਆ, ਇਹ ਗਲਤ ਕਿਵੇਂ ਹੋ ਸਕਦੀ ਆ? ਇਸ ਕਰਕੇ ਬਹੁਤ ਵੱਡਾ ਇਹ ਸਾਡੇ 'ਤੇ ਹਮਲਾ, ਇਹ 'ਤੇ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੋ ਕੇ ਅਤੇ ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਦੇਣੀਆਂ ਚਾਹੀਦੀਆਂ, ਦਵਾਉਣੀਆਂ ਚਾਹੀਦੀਆਂ ਨੇ, ਅਤੇ ਸਾਨੂੰ ਸਾਹਮਣੇ ਲਿਆਉਂਦੇ ਜਾਣ, ਬਿਲਕੁਲ ਬਿਲਕੁਲ, ਦੋਸ਼ੀਆਂ ਨੂੰ ਕਟਹਿਰੇ 'ਚ ਖੜਿਆ ਕਰਾਉਣਾ ਚਾਹੀਦਾ। ਤਾਂ ਬਲਦੇਵ ਸਿੰਘ ਸਿਰਸਾ ਹੋਣੀ ਔਰ ਇਹਨਾਂ ਦੀ ਜਥੇਬੰਦੀ ਕਹਿੰਦੇ ਨੇ ਕਿ ਲੜਾਈ ਲੜ ਰਹੀ ਹੈ,
ਪਹਿਲੀ ਲੜਾਈ ਤਾਂ ਇਹੀ ਕਿ 1999 ਦੇ ਵਿੱਚ ਇਹ ਕਿਤਾਬ ਛਪਦੀ ਹੈ, ਅੱਜ ਤੱਕ ਇਹ ਨਹੀਂ ਪਤਾ ਲੱਗ ਸਕਿਆ ਕਿ ਇਹ ਕਿਤਾਬ ਆਈ ਕਿੱਥੋਂ, ਇਹ ਸੱਚ ਸਾਹਮਣੇ ਕੌਮ ਦੇ ਨਹੀਂ ਰੱਖਿਆ ਗਿਆ। ਤਾਂ ਦਾਅਵਾ ਕਰਦੇ ਨੇ ਕਿ ਜੰਗ ਜਾਰੀ ਹੈ, ਪਰ ਉਹਨਾਂ ਗੁਨੇਗਾਰਾਂ ਨੂੰ ਸਾਹਮਣੇ ਲਿਆਂਦਾ ਜਾਵੇ ਔਰ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਦਿੱਤੀਆਂ ਜਾਣ ਤਾਂ ਕਿ ਸਾਡੇ ਧਰਮ ਦੇ ਨਾਲ ਜਿਹੜੀ ਛੇੜਛਾੜ ਕੀਤੀ ਗਈ ਹੈ ਇਸ ਦਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਆਉਣ ਵਾਲੀਆਂ ਨਸਲਾਂ 'ਤੇ ਕਿਤੇ ਬੁਰਾ ਪ੍ਰਭਾਵ ਨਾ ਪਵੇ। ਤਾਂ ਸਿੱਖ ਧਰਮ ਦੇ ਨਾਲ ਹਮੇਸ਼ਾ ਤੋਂ ਇਸ ਤਰ੍ਹਾਂ ਦੀਆਂ ਬਹੁਤ ਚੀਜ਼ਾਂ ਹੁੰਦੀਆਂ ਰਹੀਆਂ ਨੇ, ਪਰ ਫਿਲਹਾਲ ਲੜਾਈ ਜਾਰੀ ਹੈ ਤਾਂ ਕਿ ਇਸ ਤਰ੍ਹਾਂ ਦੀ ਛੇੜਛਾੜ ਜਿਹੜੀ ਉਹ ਮਨਜ਼ੂਰ ਨਾ ਕੀਤੀ ਜਾ ਸਕੇ। ਕੈਮਰਾਮੈਨ ਅਮਨਦੀਪ ਦੇ ਨਾਲ ਨਪਿੰਦਰ ਸਿੰਘ ਬਰਾੜ, ਨਿਊਜ਼ 18 ਚੰਡੀਗੜ੍ਹ।